ਤਾਂ ਬੰਦਾ ਗਰੀਬ ਹੈ, ਪਤਾ ਨਹੀਂ ਕਿਵੇਂ ਚੀਜ਼ ਲੈਂਦਾ। ਇਹ ਕੀ ਸਿਸਟਮ ਕੀ ਬਣਾਇਆ ਹੋਇਆ ਹੈ। ਬੰਦਾ ਜਦ ਚੋਰ ਲੱਭ ਵੀ ਜਾਂਦਾ ਨਾ, ਉਹਨੂੰ ਮੂੰਹ ਟੱਕ ਕੇ ਲੈ ਕੇ ਜਾਂਦੇ ਨੇ, ਸ਼ਰੇਆਮ ਕਿਉਂ ਨਹੀਂ ਕੁੱਟਦੇ? ਠੀਕ ਹੈ, ਇੱਕ ਇੱਥੋਂ ਬਾਈਕ ਇੱਥੋਂ ਇੱਕ ਮਿੰਟ 'ਚ ਚੱਕ ਕੇ ਲੈ ਜਾਂਦੇ, ਇੱਥੇ ਕੀ ਪ੍ਰੋਬਲਮ ਹੈ? ਕੋਈ ਸੁਵਿਧਾ ਇੱਧਰ ਬਿਲਕੁਲ ਵੀ ਨਹੀਂ ਗਈ। ਸੁਵਿਧਾ ਹੋਣੀ ਚਾਹੀਦੀ, ਵਹੀਕਲ ਖੜੇ ਨੇ, ਕੋਈ ਵੀ ਹੈ, ਕੋਈ ਐਮਰਜੈਂਸੀ ਹੈ, ਕੋਈ ਇੱਕ ਨੰਬਰ ਹਾਲ 'ਚ, ਕੋਈ ਦੋ ਨੰਬਰ 'ਚ, ਕੋਈ ਤਿੰਨ ਨੰਬਰ 'ਚ ਹੈ, ਆਪਦੀ ਵਹੀਕਲਾਂ ਦੀ ਰਖਵਾਲੀ ਕਰੇ, ਪੇਸ਼ੈਂਟ ਦੀ ਕਰਦਾ। ਇੱਧਰ ਕੀ ਹੈਗਾ? ਇੱਧਰ ਕੁਛ ਸਿਸਟਮ ਨਹੀਂ ਹੈਗਾ। ਬੰਦਾ ਆਉਂਦਾ ਜਿੱਥੋਂ ਮਰਜ਼ੀ ਲੈ ਕੇ ਚਲਾ ਜਾਂਦਾ। ਬੁੱਧਵਾਰ ਚੱਕਿਆ ਗਿਆ ਸਰ ਜੀ, 2:24 ਤੇ ਖੜਾ ਕੀਤਾ ਹੈ, ਅਸੀਂ ਆਏ ਹਾਂ 15 ਮਿੰਟ ਬਾਅਦ ਆਇਆ ਤਾਂ ਮੋਟਰਸਾਈਕਲ ਹੀ ਨਹੀਂ ਹੈਗਾ। ਪੁਲਿਸ ਨੂੰ ਅਸੀਂ 4 ਦਿਨ ਹੋ ਗਏ ਰਿਪੋਰਟ ਕਰਾਈ ਹੈ। ਕੀ ਕੀਤਾ ਉਹਨਾਂ ਨੇ? ਅਸੀਂ ਚਾਹੁੰਦੇ ਹਾਂ ਵੀਡੀਓ ਕਢਵਾਈ ਜਾਵੇ, ਉਹ ਚੋਰਾਂ ਨੂੰ ਫੜਿਆ ਜਾਵੇ। ਠੀਕ ਹੈ, ਕੋਈ ਵੀ ਹੈ, ਇੱਥੇ ਤਾਂ ਅੱਜ ਗਾਇਬ ਹੋ ਗਿਆ, ਮੈਂ 2 ਦਿਨ ਪਹਿਲਾਂ 2 ਬਾਈਕ ਗਾਇਬ ਹੋ ਗਿਆ। ਕੀ ਸਿਸਟਮ ਬਣਾਇਆ ਹੋਇਆ ਦੱਸੋ, ਰੋਕ ਕੀਤੀ ਜਾਵੇ ਇਹਦੀ। ਚੱਲ ਮੋਟਰਸਾਈਕਲ ਮਿਲੇ ਨਾ ਮਿਲੇ, ਕੋਈ ਗਰੀਬ ਦਾ ਤਾਂ ਨਾ ਜਾਵੇ, ਕਿਸੇ ਹੋਰ ਦਾ ਤਾਂ ਨਾ ਚੱਕਿਆ ਜਾਵੇ ਇਧਰੋਂ। ਇੱਥੇ ਖੜਾ ਕੀਤਾ ਸੀ, ਜਦੋਂ ਪਹਿਲਾ ਚੱਕਰ ਮਾਰ ਕੇ ਗਿਆ ਉਦੋਂ ਖੜਾ ਸੀ, ਦੂਜਾ ਚੱਕਰ ਮਾਰ ਕੇ ਗਿਆ ਉਦੋਂ ਖੜਾ ਹੀ ਨਹੀਂ ਸੀ। ਕਿਹੜੇ ਪਾਸੇ ਤੁਹਾਡੇ ਹਿਸਾਬ ਨਾਲ ਉਤਰ ਗਿਆ? ਮੇਰੇ ਖਿਆਲ ਨਾਲ ਪਿੱਛੋਂ ਤਾਂ ਨਹੀਂ ਗਿਆ, ਇੱਧਰ ਤਾਂ ਨਹੀਂ ਗਿਆ, ਕਿਉਂਕਿ ਕੈਮਰੇ 'ਚ ਆ ਜਾਂਦਾ ਇੱਧਰ ਜਾਂਦਾ ਤਾਂ। ਹਾਂ ਮੈਂ ਕਿਹਾ ਬਈ ਇਹਨੂੰ ਪਿੱਛੋਂ ਹੀ ਲੈ ਕੇ ਗਿਆ ਹੋਏਗਾ, ਅੱਗੇ ਤਾਂ ਨਹੀਂ ਲੈ ਕੇ ਗਿਆ। ਅੱਗੇ ਲੈ ਕੇ ਗਿਆ ਹੁੰਦਾ ਤਾਂ ਵੀਡੀਓ ਆਇਆ ਨਹੀਂ ਸੀ। ਬਸ ਆਇਆ ਸੀ ਹੋਸਪਿਟਲ ਕਰਦਿਆਂ ਨੂੰ ਦਿਖਾਣ, ਲਾ ਕੇ ਮੋਟਰਸਾਈਕਲ ਅੰਦਰ ਆਇਆ, 10-15 ਮਿੰਟ ਬਾਅਦ ਵੇਖਣ ਗਿਆ ਤਾਂ ਖੜਾ ਹੀ ਨਹੀਂ ਸੀ। ਗਲਤੀ ਹੋ ਰਹੀਆਂ ਨੇ ਵਾਰਦਾਤਾਂ। ਅੱਗੇ ਉਹ ਲੈਂਦੇ ਸੀ 10-20 ਰੁਪਏ, ਜਿਹੜੇ ਕੀ ਨਾਮ ਲੈਂਦੇ ਨੇ ਪਾਰਕਿੰਗ ਵਾਲੇ, ਉਹੀ ਫਿਰ ਬੰਦਾ ਸਹੀ ਸੀ। 20 ਰੁਪਏ ਦੇ ਕੇ ਬੰਦੇ ਨੂੰ ਨੁਕਸਾਨ ਤਾਂ ਨਹੀਂ ਕੋਈ, 20 ਰੁਪਏ ਪਿੱਛੇ ਸਮਝ ਲਓ 50,000 ਦੀ, 1 ਲੱਖ ਰੁਪਏ ਦੀ ਚੀਜ਼ ਮੋਟਰਸਾਈਕਲ ਕਿਹੜਾ ਬਣਨਾ ਸੌਖਾ ਹੈ ਅੱਜ ਦੇ ਟਾਈਮ 'ਚ? 1 ਲੱਖ ਰੁਪਏ ਦਾ ਮੋਟਰਸਾਈਕਲ ਬਣਦਾ, ਔਰ ਆਪਾਂ ਕਿਹੜਾ, ਤੈਨੂੰ ਪਤਾ ਰੀਸ ਹੈਗੇ, ਗਰੀਬ ਬੰਦੇ ਹੈਗੇ। ਮੈਂ ਬਾਹੂਕਣ ਲੱਗਣਾ ਸ਼੍ਰੀ ਗੁਲਸ਼ਨ ਨੇ ਜਗ ਪਾਣੀ ਕੋ ਕੰਮ ਕਰੂੰ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਮੋਟਰਸਾਈਕਲ ਚੋਰੀ ਦੀ ਘਟਨਾ ਆਈ ਸਾਹਮਣੇ। ਨੌਜਵਾਨ ਨੇ ਲਗਾਏ ਮੋਟਰਸਾਈਕਲ ਚੋਰੀ ਹੋਣ ਦੇ ਆਰੋਪ, ਕੀਤੀ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਆਪਣੇ ਕਰਜ਼ਿਆਂ ਨੂੰ ਚੈੱਕ ਕਰਾਉਣ ਦੇ ਲਈ ਆਏ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਦੇ ਮਾਲਕ ਨੇ ਦੱਸਿਆ ਕਿ ਉਸਦੇ ਵੱਲੋਂ ਮੋਟਰਸਾਈਕਲ ਬਾਹਰ ਖੜਾ ਕੀਤਾ ਗਿਆ ਸੀ ਅਤੇ ਜਦੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ, ਜਿਸ ਤੋਂ ਬਾਅਦ ਉਸਦੇ ਵੱਲੋਂ CCTV ਕੈਮਰੇ ਵੀ ਦੇਖੇ ਗਏ ਹਨ, ਲੇਕਿਨ ਉਸਦੇ ਵਿੱਚ ਚੋਰ ਦੀ ਕੋਈ ਵੀ ਫੋਟੋ ਨਹੀਂ ਆਈ ਹੈ। ਉਹਨਾਂ ਨੇ ਕਿਹਾ ਕਿ ਚੋਰ ਦੂਜੇ ਪਾਸੇ ਮੋਟਰਸਾਈਕਲ ਲੈ ਗਿਆ। ਉਹਨਾਂ ਨੇ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਨਗੇ। ਉਹਨਾਂ ਨੇ ਕਿਹਾ ਕਿ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ। ਉੱਧਰ ਸਿਵਲ ਹਸਪਤਾਲ ਦੇ ਵਿੱਚ ਆਈ ਇੱਕ ਮਹਿਲਾ ਨੇ ਦੱਸਿਆ ਕਿ ਉਹਨਾਂ ਦਾ ਬੁੱਧਵਾਰ ਨੂੰ ਮੋਟਰਸਾਈਕਲ ਚੋਰੀ ਹੋ ਗਿਆ ਸੀ, ਜਿਸ ਦੀ ਸ਼ਿਕਾਇਤ ਉਸਦੇ ਵੱਲੋਂ ਪੁਲਿਸ ਨੂੰ ਕੀਤੀ ਗਈ ਸੀ ਅਤੇ 4 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸਨੇ ਇਸ ਘਟਨਾ ਤੋਂ ਬਾਅਦ ਕਾਫੀ ਰੋਸ ਜਤਾਇਆ ਅਤੇ ਪੁਲਿਸ ਤੋਂ ਜਲਦ ਇਸ ਦਾ ਹੱਲ ਕਰਨ ਦੀ ਮੰਗ ਉਸਦੇ ਵੱਲੋਂ ਕੀਤੀ ਗਈ। ਇੱਥੇ ਖੜਾ ਕੀਤਾ ਸੀ ਜਦੋਂ ਪਹਿਲਾ ਚੱਕਰ ਮਾਰ ਕੇ ਗਿਆ ਉਦੋਂ ਖੜਾ ਸੀ, ਦੂਜਾ ਚੱਕਰ ਮਾਰ ਕੇ ਗਿਆ ਉਦੋਂ ਖੜਾ ਹੀ ਨਹੀਂ ਸੀ। ਕਿਹੜੇ ਪਾਸੋਂ ਤੁਹਾਡੇ ਹਿਸਾਬ ਨਾਲ ਮੋਟਰਸਾਈਕਲ ਗਿਆ? ਮੇਰੇ ਖਿਆਲ ਨਾਲ ਪਿੱਛੋਂ ਤਾਂ ਨਹੀਂ ਗਿਆ, ਇੱਧਰ ਤਾਂ ਨਹੀਂ ਗਿਆ, ਕਿਉਂਕਿ ਕੈਮਰੇ 'ਚ ਆ ਜਾਂਦਾ ਇੱਧਰ ਜਾਂਦਾ ਤਾਂ। ਹਾਂ ਮੈਂ ਕਿਹਾ ਬਈ ਇਹਨੂੰ ਪਿੱਛੋਂ ਹੀ ਲੈ ਗਿਆ ਹੋਏਗਾ, ਅੱਗੇ ਤਾਂ ਨਹੀਂ ਲੈ ਕੇ ਗਿਆ,
ਅੱਗੇ ਲੈ ਕੇ ਗਿਆ ਹੁੰਦਾ ਤਾਂ ਵੀਡੀਓ ਆ ਜਾਣੀ ਸੀ। ਚਾਬੀ ਵੀ ਅੱਛੀ, ਕੋਈ ਸੁਵਿਧਾ ਨੀ, ਕੋਈ ਕੁਛ ਨੀ ਹੈ ਇੱਥੇ। ਇਹ ਗਰੀਬ ਬੰਦਾ ਉਹ ਵੈਸੇ ਵੀ ਹਾਂਜੀ, ਇੱਕ ਤਾਂ ਬੰਦਾ ਗਰੀਬ ਹੈ, ਪਤਾ ਨੀ ਕਿਵੇਂ ਚੀਜ਼ ਲੈਂਦਾ। ਇਹ ਕੀ ਸਿਸਟਮ ਕੀ ਬਣਾਇਆ ਹੋਇਆ ਹੈ, ਬੰਦਾ ਜਦ ਚੋਰ ਲੱਭ ਵੀ ਜਾਂਦਾ ਨਾ ਉਹਨੂੰ ਮੂੰਹ ਟੱਕ ਕੇ ਲੈ ਕੇ ਜਾਂਦੇ ਨੇ, ਸ਼ਰੇਆਮ ਕਿਉਂ ਨੀ ਕੁੱਟਦੇ? ਠੀਕ ਹੈ, ਇੱਕ ਇੱਥੋਂ ਬਾਈਕ ਇੱਥੋਂ ਇੱਕ ਮਿੰਟ ਚ ਚੱਕ ਕੇ ਲੈ ਜਾਂਦੇ, ਇੱਥੇ ਕੀ ਪ੍ਰੋਬਲਮ ਹੈ? ਕੋਈ ਸੁਵਿਧਾ ਇੱਧਰ ਬਿਲਕੁਲ ਵੀ ਨੀ ਗੀ, ਸੁਵਿਧਾ ਹੋਣੀ ਚਾਹੀਦੀ ਹੈ। ਵਹੀਕਲ ਖੜੇ ਨੇ, ਕੋਈ ਵੀ ਹੈ, ਕੋਈ ਐਮਰਜੈਂਸੀ ਹੈ, ਕੋਈ ਇੱਕ ਨੰਬਰ ਹਾਲ ਚ, ਕੋਈ ਦੋ ਨੰਬਰ ਚ, ਕੋਈ ਤਿੰਨ ਨੰਬਰ ਚ ਹੈ, ਆਪਦੀ ਵਹੀਕਲਾਂ ਦੀ ਰਖਵਾਲੀ ਕਰੇ ਕਿ ਪੇਸ਼ੈਂਟ ਦੀ ਕਰਦਾ ਇੱਧਰ ਕੀ ਹੈਗਾ? ਇੱਧਰ ਕੁਛ ਸਿਸਟਮ ਨੀ ਹੈਗਾ, ਬੰਦਾ ਆਉਂਦਾ ਹੈ ਜਿੱਥੋਂ ਮਰਜ਼ੀ ਲੈ ਕੇ ਚਲਾ ਜਾਂਦਾ। ਤੁਹਾਡਾ ਵੀ ਮੋਟਰਸਾਈਕਲ ਚੱਕਿਆ ਗਿਆ? ਸਾਡਾ ਬੁੱਧਵਾਰ ਚੱਕਿਆ ਗਿਆ ਸਰ ਜੀ, 2:24 ਤੇ ਖੜਾ ਕੀਤਾ ਹੈ, ਅਸੀਂ ਆਏ ਆ 15 ਮਿੰਟ ਬਾਅਦ ਆਏ ਤਾਂ ਮੋਟਰਸਾਈਕਲ ਹੀ ਨਹੀਂ ਗਾ। ਪੁਲਿਸ ਨੂੰ ਅਸੀਂ 4 ਦਿਨ ਹੋ ਗਏ ਰਿਪੋਰਟ ਕਰਾਈ ਹੈ। ਕੀ ਕੀਤਾ ਉਹਨਾਂ ਨੇ ਵੀ? ਕਿਹੜਾ ਮੋਟਰਸਾਈਕਲ? ਸਪਲੈਂਡਰ। ਕੀ ਨੰਬਰ? ਨੰਬਰ ਦੱਸਿਆ ਨਾ। 4270। ਕੀ ਮੰਗ ਕਰਦੇ ਹੋ? ਮੰਗ ਕੀ ਕਰਦੇ ਆ, ਸਾਡਾ ਮੋਟਰ ਚੀਜ਼ ਲੱਭ ਜਾਵੇ, ਗਰੀਬ ਬੰਦੇ ਆ। ਠੀਕ ਹੈ, ਹਾਲੇ ਮੈਂ ਪਰਸੋਂ ਹੀ ਆਉਂਦੀ 30,000 ਦਾ ਮੁੰਡੇ ਨੂੰ ਵੈਸੇ ਸੈਕਿੰਡ ਹੈਂਡ ਲੈ ਕੇ ਦਿੱਤਾ ਸੀ, ਕਾਲਜ ਜਾਂਦਾ। ਠੀਕ ਹੈ, ਆ ਪਰਸੋਂ ਮੈਂ ਪੇਮੈਂਟ ਕਰਕੇ ਹਟੀ ਆ ਉਹਦੀ ਸਰ ਜੀ। ਕੈਮਰੇ ਚ ਆਇਆ ਆ ਬੈਨ ਦੇ ਕੋਲੋਂ ਨਾ ਇੱਕ ਮੁੰਡਾ, ਦੋ ਮੁੰਡੇ ਲੰਘੇ ਆ। ਠੀਕ ਹੈ, ਉਹ ਫੋਟੋ ਸਾਫ ਨਹੀਂ ਆ ਰਹੀ। ਹਾਂਜੀ, ਅਸੀਂ ਕਹਿੰਦੇ ਸੀ ਚੱਲ ਥੋੜੀ ਜਿਹੀ ਹੋਰ ਮਿਲ ਜਾਂਦੀ, ਜਿਵੇਂ ਅੰਦਰ ਮੁੰਡੇ ਦੇ ਮਗਰ ਗਏ ਨੇ ਉਹ, ਜਿਵੇਂ ਮੁੰਡਾ ਬਾਈਕ ਲਾ ਕੇ ਗਿਆ ਮਗਰ ਗਏ ਨੇ ਉਹ ਦੇਖ ਕੇ ਨਾ ਇਹਨੂੰ ਫਟਾਫਟ, ਪਹਿਲਾਂ ਇੱਕ ਮੁੰਡਾ ਗਿਆ ਚਲਾ, ਫਿਰ ਸਾਡੇ ਵਾਲਾ ਮੋਟਰਸਾਈਕਲ ਲੈ ਕੇ ਜਾ ਰਿਹਾ। ਸਿਰਫ ਵੀਡੀਓ ਸਾਫ ਨਹੀਂ ਆ ਰਹੀ, ਅਸੀਂ ਚਾਹੁੰਦੇ ਆ ਵੀਡੀਓ ਕਢਵਾਈ ਜਾਵੇ, ਉਹ ਚੋਰਾਂ ਨੂੰ ਫੜਿਆ ਜਾਵੇ। ਠੀਕ ਹੈ, ਕੋਈ ਵੀ ਹੈ ਇੱਥੇ ਤਾਂ ਅੱਜ ਗਾਇਬ ਹੋ ਗਿਆ, ਮੈਂ 2 ਦਿਨ ਪਹਿਲਾਂ 2 ਬਾਈਕ ਗਾਇਬ ਹੋ ਗਿਆ। ਕੀ ਸਿਸਟਮ ਬਣਾਇਆ ਹੋਇਆ ਦੱਸੋ, ਰੋਕ ਕੀਤੀ ਜਾਵੇ ਇਹਦੀ? ਚੱਲ ਮੋਟਰਸਾਈਕਲ ਮਿਲੇ ਨਾ ਮਿਲੇ, ਕੋਈ ਗਰੀਬ ਦਾ ਤਾਂ ਨਾ ਜਾਵੇ, ਕਿਸੇ ਹੋਰ ਦਾ ਤਾਂ ਨਾ ਚੱਕਿਆ ਜਾਵੇ ਇਧਰੋਂ। ਹਾਂਜੀ ਸਰ, ਕੀ ਨਾਮ ਹੈ? ਰਾਹੁਲ। ਕੀ ਗੱਲਬਾਤ ਹੋਈ? ਬਸ ਆਇਆ ਸੀ ਹਸਪੀਟਲ ਕਰਦਿਆਂ ਨੂੰ ਦਿਖਾਣ, ਲਾ ਕੇ ਮੋਟਰਸਾਈਕਲ ਅੰਦਰ ਆਇਆ, 10-15 ਮਿੰਟ ਬਾਅਦ ਵੇਖਣ ਗਿਆ ਤਾਂ ਖੜਾ ਹੀ ਨਹੀਂ ਸੀ। ਕਿਹੜਾ ਮੋਟਰਸਾਈਕਲ? ਡੀਲੈਕਸ ਸੀਗਾ ਸੀ। ਕੀ ਨੰਬਰ? 4079। ਕਿਹੜਾ ਕਲਰ? ਬਲੈਕ। ਕਿੰਨੀ ਦੇਰ ਪਹਿਲਾਂ ਤੁਸੀਂ ਆਏ ਸੀ? ਮੈਂ ਆਇਆ ਕਰੀਬ 11:30। ਮੈਂ ਬਾਹਰ ਗਿਆ, ਇੱਕ ਵਾਰੀ ਵੇਖਣ ਗਿਆ 10 ਮਿੰਟ ਬਾਅਦ ਉਦੋਂ ਤਾਂ ਖੜਾ ਸੀ, ਉਸ ਤੋਂ ਬਾਅਦ 10 ਮਿੰਟ ਬਾਅਦ ਫਿਰ ਗਿਆ ਉਦੋਂ ਨਹੀਂ ਖੜਾ ਸੀ। ਕੀ ਮੰਗ ਕਰੋ? ਬਸ ਜੋ ਵੀ ਪ੍ਰਸ਼ਾਸਨ ਕਰੇਗੀ। ਸੀਸੀਟੀਵੀ ਕੈਮਰੇ ਦੇਖੇ? ਹਾਂ ਦੇਖੇ ਨੇ, ਉਹਦੇ ਚ ਤਾਂ ਨਹੀਂ ਦਿਖਿਆ, ਪਿੱਛੇ ਵਾਲੇ ਰਸਤੇ ਚ ਚਲਾ ਗਿਆ ਤਾਂ ਉਹ ਪਤਾ ਨਹੀਂ। ਪਰ ਗਲਤੀ ਹੋ ਰਹੀਆਂ ਨੇ ਵਾਰਦਾਤਾਂ, ਅੱਗੇ ਉਹ ਲੈਂਦੇ ਸੀ 10-20 ਰੁਪਏ, ਜਿਹੜੇ ਕੀ ਨਾਮ ਲੈਂਦੇ ਨੇ ਪਾਰਕਿੰਗ ਵਾਲੇ, ਉਹੀ ਫਿਰ ਬੰਦਾ ਸਹੀ ਸੀ, 20 ਰੁਪਏ ਦੇ ਕੇ ਬੰਦੇ ਨੂੰ ਨੁਕਸਾਨ ਤਾਂ ਨਹੀਂ ਕੋਈ, 20 ਰੁਪਏ ਪਿੱਛੇ ਸਮਝ ਲਓ 50,000-1,00,000 ਰੁਪਏ ਦੀ ਚੀਜ਼। ਮੋਟਰਸਾਈਕਲ ਕਿਹੜਾ ਬੰਨਣਾ ਸੌਖਾ ਹੈ ਅੱਜ ਦੇ ਟਾਈਮ ਚ? 1,00,000 ਰੁਪਏ ਦਾ ਮੋਟਰਸਾਈਕਲ ਬੰਦਾ, ਔਰ ਆਪਾਂ ਕਿਹੜਾ, ਤੈਨੂੰ ਪਤਾ ਰੀਸ ਹੈਗੇ, ਗਰੀਬ ਬੰਦੇ ਹੈਗੇ। ਮੈਂ ਬਾਹੂਕਨ ਲੱਗਣਾ ਸ਼੍ਰੀ ਗੁਲਸ਼ਨ ਨੇ ਜਗ ਪਾਣੀ ਕੋ ਕੰਮ ਕਰਨ। ਹੁਣ
ਹੋਰ ਕੀ ਜਾਣਕਾਰੀ ਹੈਗੀ ਤੁਹਾਡੇ ਕੋਲ? ਬਸ ਫਿਲਹਾਲ ਤੋਂ ਇੱਥੇ ਕੀ ਜਾਣਕਾਰੀ, ਹੋਰ ਕੁਛ ਨਹੀਂ, ਬਸ ਅਬ ਦੇਊਂਗਾ ਦਰਖਾਸਤ ਲਗਾ ਗਾ ਹੂੰ।